ਲੁਧਿਆਣਾ ਪੁਲਿਸ ਨੇ ਸਿਵਲ ਹਸਪਤਾਲ 'ਚੋਂ ਇਲਾਜ ਦੇ ਦੌਰਾਨ ਭੱਜਣ ਵਾਲੇ ਆਰੋਪੀ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਇਹ ਗੌਰਵ ਨਾਮ ਦਾ ਆਰੋਪੀ ਜੋ ਕਿ ਲੁੱਟ ਦੀਆਂ ਵਾਰਦਾਤਾਂ ਦੇ ਦੋਸ਼ ਅਧੀਨ ਜੇਲ੍ਹ 'ਚ ਬੰਦ ਸੀ, ਸ਼ਨੀਵਾਰ ਉਸਨੂੰ ਇਲਾਜ ਲਈ ਪੁਲਿਸ ਨੇ ਸਿਵਲ ਹਸਪਤਾਲ ਲਿਆਂਦਾ ਸੀ, ਜਿੱਥੇ ਉਹ ਬਾਥਰੂਮ ਜਾਣ ਦਾ ਬਹਾਨਾ ਲਾ ਕੇ ਭੱਜ ਨਿਕਲਿਆ ਸੀ, ਜਿਸ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਪਰਸੋਂ ਗੌਰਵ ਨਾਂ ਦਾ ਮੁੰਡਾ ਜਿਹੜਾ ਫਲੋਰ ਦਾ ਰਹਿਣ ਵਾਲਾ ਸੀ, ਇਹ ਸਿਵਲ ਹਸਪਤਾਲ ਜੇਲ੍ਹ ਤੋਂ ਇਲਾਜ ਲਈ ਆਇਆ ਸੀ ਤਾਂ ਇੱਥੋਂ ਇਹ ਵਾਸ਼ਰੂਮ ਕਰਨ ਆਇਆ, ਬਹਾਨੇ ਨਾਲ ਪਿੱਛੋਂ ਦੀ ਛਾਲ ਮਾਰ ਕੇ ਭੱਜ ਗਿਆ ਸੀ। ਤਾਂ ਇਹਨੂੰ ਅੱਜ ਅਸੀਂ ਜਿਹੜਾ ਕੱਲ੍ਹ ਗ੍ਰਿਫਤਾਰ ਕਰ ਲਿਆ ਸੀ ਹੁਸ਼ਿਆਰਪੁਰ ਤੋਂ। ਇਹਦੇ ਭੱਜਣ ਤੋਂ ਮਗਰੋਂ ਮੁਕੱਦਮਾ ਦਰਜ ਕਰਕੇ ਵੱਖ ਵੱਖ ਪਾਰਟੀਆਂ ADCP ਬਨਸਰ ਦੀ ਹਦਾਇਤ ਮੁਤਾਬਕ ਅਸੀਂ ਭੇਜੀਆਂ ਸੀ। ਇਹਦਾ ਫਿਰੋਜ਼ਪੁਰ ਭੂਆ ਦਾ ਬੇਟਾ ਰਹਿੰਦਾ, ਤਾਂ ਉਹਦੇ ਕੋਲੋਂ ਕੱਲ੍ਹ ਇਹ ਗਿਆ ਹੋਇਆ ਜਿੱਥੋਂ ਇਹਨੂੰ ਦਬੋਚ ਲਿਆ, ਇਹਨੂੰ ਮੁਕੱਦਮੇ 'ਚ ਗ੍ਰਿਫਤਾਰ ਕਰਕੇ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ। ਬਿਊਰੋ ਰਿਪੋਰਟ, KDT ਨਿਊਜ਼, ਲੁਧਿਆਣਾ।